ਸਨੇਬਰ ਤਾਂ ਬੇਨਤੀ ਕਰਨੀ ਚਾਹੁੰਦਾ, ਅੱਜ ਮੈਂ ਕਿਸੇ ਦੀ ਕੋਈ ਵਕਾਲਤ ਨਹੀਂ ਕਰਦਾ, ਪਰ ਕੋਈ ਬੰਦਾ ਬਾਂਹ ਖੜੀ ਕਰਕੇ ਕਹੇ ਕਿ ਜਿਹੜੀ ਅੱਜ ਲਾਈਵ ਚੱਲ ਰਹੀ ਉਹਦੇ ਵਿੱਚ ਕੋਈ ਇੱਕ ਆਨਾ ਲੈਂਦਾ ਉਹਨਾਂ ਕੋਲੋਂ, ਕੋਈ ਉਹਨੂੰ ਚਾਰਜ ਦੇਣੇ ਪੈਂਦੇ ਇਸ ਚੈਨਲ ਲਈ? ਜੇ ਬਾਕੀਆਂ ਲਈ ਦੇਣੇ ਪੈਂਦੇ ਇਹਦੇ ਲਈ ਕੋਈ ਚਾਰਜ ਨਹੀਂ, ਫਰੀ ਆਫ ਕੋਸਟ ਆ। ਪਹਿਲਾਂ ਤਾਂ ਲੋਕਾਂ ਦੇ ਮਨਾਂ 'ਚੋਂ ਇਹ ਗੱਲ ਨਿਕਲ ਜਾਏ। ਇਹਨੂੰ ਬੜਾ ਵੱਡੇ ਪੱਧਰ 'ਤੇ ਛਾਲਿਆ ਜਾ ਰਿਹਾ, ਇਹਦਾ ਪੋਲੀਟੀਕਲ ਕਾਰਨ ਕਰ ਦਿੱਤਾ ਇਸ ਮੁੱਦੇ ਦਾ। ਇਹ ਧਾਰਮਿਕ ਗੱਲਾਂ ਆ ਭਗਵੰਤ ਮਾਨ ਜੀ, ਇਹਨਾਂ ਨੂੰ ਆਪਾਂ ਰਾਜਨੀਤਿਕ ਛਾਲੇ ਦੇ ਵਿੱਚ ਨਾ ਲਿਆਈਏ। ਇਹਦੇ 'ਤੇ ਆਪਾਂ ਰਾਜਨੀਤੀ ਕਰਾਂਗੇ ਫਿਰ ਮੇਰਾ ਖਿਆਲ ਹੈ ਆਪਾਂ ਅਵੇਸਲੇ ਰਹਾਂਗੇ। ਸੋ ਪਹਿਲੀ ਤਾਂ ਗੱਲ ਇਹ ਆ ਵੀ ਇਹ ਬਿਲਕੁਲ ਵਰਲਡ ਵਾਈਡ ਜਾ ਰਿਹਾ, ਉਹਦੇ ਵਿੱਚ ਕੋਈ ਪੈਸਾ ਕਿਸੇ ਕੋਲੋਂ ਨਹੀਂ ਲਿਆ ਜਾ ਰਿਹਾ। ਅਤੇ ਹੁਣ ਜਿਹੜਾ ਜੁਲਾਈ ਦੇ ਵਿੱਚ ਇਹ ਪੂਰਾ ਹੋ ਜਾਣਾ ਚੈਨਲ, ਦੇਖੋ ਦੋ ਤਰ੍ਹਾਂ ਨਾਲ, ਪਹਿਲਾਂ ਸੀ ਭਈ ਇਹਨਾਂ ਦਾ ਜਨਮ ਸਿੱਧ ਅਧਿਕਾਰ ਆ, ਹੁਣ ਅਸੀਂ ਓਪਨ ਟੈਂਡਰ ਕੀਤੇ, ਹੁਣ ਅਸੀਂ ਓਪਨ ਟੈਂਡਰ ਨਹੀਂ ਹੋਣ ਦੇਣੇ। ਕੀ ਮੈਂ ਪੁੱਛਣਾ ਚਾਹੁੰਦਾ ਵੀ ਹੁਣ ਇਹ ਧਰਮ ਦੇ ਵਿੱਚ ਸਿੱਧੀ ਦਖਲਦਾਜ਼ੀ ਨਹੀਂ? ਕੀ ਲੋਕਾਂ ਦੂਜੀਆਂ ਸਰਕਾਰਾਂ ਨੂੰ ਕੋਸਦੇ ਹਾਂ ਅਤੇ ਫਿਰ ਹੁਣ ਸੱਚਖੰਡ ਦੇ ਵਿੱਚ ਇਹ ਅੰਮ੍ਰਿਤ ਗੁਰਬਾਣੀ ਦਾ ਪ੍ਰਸਾਰ ਜਾਣਾ, ਅਤੇ ਹੁਣ ਤੁਸੀਂ ਤਾਂ ਸਿੱਧੀ ਆ ਕੇ, ਮੈਂ ਸਮਝਦਾ ਸਿੱਧੇ ਲਫਜ਼ਾਂ ਦੇ ਵਿੱਚ ਆ ਕੇ ਸਿੱਧੀ ਸ਼ੁਰੂਆਤ ਕਰ ਦਿੱਤੀ ਆ। ਇਦੋਂ ਵੱਡੀ ਦਖਲਅੰਦਾਜ਼ੀ ਹੋਰ ਕੀ ਹੋ ਸਕਦੀ ਆ ਕਿ ਇੱਕ ਧਾਰਮਿਕ ਮੁੱਦੇ ਨੂੰ ਰਾਜਨੀਤੀਕਰਨ ਕਰਕੇ, ਜਿਹਦਾ ਕੋਈ ਅਧਿਕਾਰ ਵੀ ਨਹੀਂ ਗਾ, ਉਹਨੂੰ ਆਪਾਂ ਅਸੈਂਬਲੀ ਦੇ ਵਿੱਚ ਲਿਜਾ ਰਹੇ ਹਾਂ? ਸੋ ਇਹ ਮੈਂ ਇਹਨਾਂ ਦੇ ਐਕਟ ਨੂੰ ਹਾਈਲੀ ਕੰਡੈਮ ਕਰਦਾ। ਨਾਲ ਇਹਨਾਂ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਇਹ 103 ਸਾਲ ਦੇ ਵਿੱਚ ਬੜੀਆਂ ਸਰਕਾਰਾਂ ਆਈਆਂ ਅਤੇ ਬੜੀਆਂ ਸਰਕਾਰਾਂ ਗਈਆਂ, ਕਿਸੇ ਨੇ ਹੀਹਾ ਨਹੀਂ ਕੀਤਾ। ਜੇ ਟੁੱਕ ਮਾਤਰ ਹੀਹਾ ਕਿਸੇ ਨੇ ਕੀਤਾ ਵੀ ਆ, ਉਹ ਕਰਨ ਤੋਂ ਬਾਅਦ ਫਿਰ ਉਹਨੂੰ ਆਪਣੇ ਪਛਤਾਵੇ ਦੇ ਹੰਝੂ ਜਿਹੜੇ ਵਹਾਉਣੇ ਪਏ। ਅਤੇ ਮੈਂ ਨਿਮਰਤਾ ਸਹਿਤ ਇਹਨੂੰ ਬੇਨਤੀ ਇਹਨਾਂ ਨੂੰ ਕਰਦਾ, ਮੁੱਖ ਮੰਤਰੀ ਸਾਹਿਬ ਨੂੰ, ਦਿੱਲੀ ਦੇ ਤੁਹਾਡੇ ਪ੍ਰਧਾਨ ਕੇਜਰੀਵਾਲ, ਸ਼੍ਰੀ ਅਰਵਿੰਦ ਕੇਜਰੀਵਾਲ, ਉਹਨਾਂ ਦੇ ਸੂਬੇਦਾਰ ਨਾ ਬਣੋ। ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹਾਂ ਅਤੇ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਡਿਵੈਲਪਮੈਂਟ ਅਤੇ ਹੋਰ ਕਾਰਜਾਂ ਦੇ ਵਿੱਚ ਤਵੱਕੋ ਦੇਣੀ ਆ। ਧਰਮ ਦੇ ਵਿੱਚ ਗੁਰਬਾਣੀ ਦੀ ਚਿੰਤਾ ਨਾ ਕਰੋ, ਇਹ ਛੇਤੀ ਤੁਹਾਨੂੰ ਇਹਦਾ ਫਰੂਟਫੁੱਲ ਐਕਟ ਜਿਹੜਾ ਸਾਹਮਣੇ ਆ ਜਾਊਗਾ। ਕਿਉਂਕਿ ਇੱਕ ਧਿਰ ਬਣ ਕੇ ਅਸੀਂ ਨਾ ਹੈ ਅਤੇ ਨਾ ਅਸੀਂ ਧਿਰ ਬਣਨਾ, ਅਸੀਂ ਤਾਂ ਉਹ ਗੱਲ ਕਰਾਂਗੇ ਜਿਹੜੀ ਗੱਲ ਲੋਕਾਂ ਤੱਕ ਪਹੁੰਚਾਉਣ ਲਈ ਸਾਰਥਕ ਤੌਰ 'ਤੇ ਉਹ ਸਾਡੇ ਨਾਲ ਚੱਲੇ।